ਸਬਸਕ੍ਰਾਈਬ ਕਰੋ ਖਤਰਾ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲ ਐਸ ਆਈ ਕੇ YouTube ਚੈਨਲ ਦੇ ਵਿੱਚ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਤੇ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਜਿਹੜੀਆਂ ਤੁਸੀਂ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬੋ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਵੀਡੀਓ ਜੀ ਆਪਣੀ 437 ਨੰਬਰ ਪਿਛਲੀ ਵੀਡੀਓ ਭਲੇਖੇ ਨਾਲ 433 ਬੋਲਿਆ ਗਿਆ ਸੀ ਪਰ ਇਹ ਵੀਡੀਓ 437 ਨੰਬਰ ਹੈ ਇਸ ਤੋਂ ਪਹਿਲਾਂ 436 ਵੀਡੀਓ ਸਸੀਂ ਅਪਲੋਡ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਕੈਟਾਗਰੀ ਦੇ ਹਿਸਾਬ ਨਾਲ ਤੁਸੀਂ ਪਲੇਲਿਸਟ ਵਿੱਚ ਦੇਖ ਸਕਦੇ ਹੋ ਬਾਕੀ ਅੱਜ ਦੀ ਵੀਡੀਓ ਆਪਣੀ ਜਿਵੇਂ ਤੁਸੀਂ থাম্বਨੇਲ ਵਿੱਚ ਦੇਖ ਹੀ ਚੁੱਕੇ ਹੋਗੇ ਵੀ ਸਿਰਦਰਦ ਦਾ ਦੇਸੀ ਨੁਕਤਾ ਜਾਂ ਜਿਵੇਂ ਤੁਹਾਡਾ ਸਿਰ ਭਾਰੀ ਭਾਰੀ ਰਹਿੰਦਾ ਹੈਗਾ ਹਨਾ ਤੇ ਉਹਦੇ ਲਈ ਕੀ ਲਾਜਾ ਉਹਦੇ ਲਈ ਦੋ ਨੁਕਤੇ ਹੈ ਜੀ ਪਹਿਲਾ ਤੇ ਇਹ ਵੀ ਤੁਸੀਂ ਬਦਾਮ ਆ ਜਿਹੜੇ 5 ਤੋਂ 7 ਬਦਾਮ ਤੁਸੀਂ ਸ਼ਾਮ ਨੂੰ ਭਿਉਂਦੇਓ ਤੇ ਸਵੇਰੇ ਤੁਸੀਂ ਨਿਰਨੇ ਕਾਲ ਜੇ ਖਾ ਸਕਦੇ ਹੋ ਪਰ ਚਾਹ ਨਾ ਪੀਓ ਦੋਂ ਘੰਟਾ ਲਗਭਗ ਇੱਕ ਘੰਟਾ ਦੁੱਧ ਨਾਲ ਪੀ ਸਕਦੇ ਹੋ ਚੱਬ ਸਕਦੇ ਹੋ ਤੁਸੀਂ ਇਹ ਬਦਾਮ ਤੇ ਵੈਸੇ ਤੁਸੀਂ ਜੇਕਰ ਰੱਖਣਾ ਤਾਂ ਐਡਾ ਕੁਜਾ ਵੀ ਰੱਖ ਲਓ ਤੇ ਆ ਤੁਸੀਂ ਇੱਕ ਨਾ ਬਦਾਮ ਡੱਬੇ 'ਚ ਜ਼ਰੂਰ ਪਾਓ ਇਹ ਜੇ ਪਲਾਸਟਿਕ ਦੇ ਡੱਬੇ ਜਾਂ ਕਿਸੇ ਇਹੋ ਜੀ ਚੀਜ਼ ਜਿਹੜੀ ਬਿਲਕੁਲ ਬੰਦ ਹੋਵੇ ਨਹੀਂ ਤਾਂ ਕੀ ਇਹ ਬਦਾਮਾਂ 'ਚ ਕੀੜੀਆਂ ਬਹੁਤ ਹੁੰਦੀਆਂ ਹੁੰਦੀਆਂ ਪੂਰੀਆਂ ਕੀੜੀਆਂ ਜਾਂ ਉਹ ਬਦਾਮ ਆ ਜਿਹੜੇ ਖਾ ਜਾਂਦੀਆਂ ਨੇ ਤੇ ਕੱਲੇ ਫੋਲਕ ਰਹਿ ਜਾਂਦੇ ਬਦਾਮ ਖਾ ਜਾਂਦੀਆਂ ਵਿੱਚੋਂ ਤੇ ਜੇ ਤੁਸੀਂ ਸ਼ਾਮ ਨੂੰ ਭਿਉਂਦੇ ਹੋ ਇਹ ਛੋਟਾ ਜਿਹਾ ਕੁੱਜਾ ਆਪਣੇ ਤੁਸੀਂ ਕਮਰੇ 'ਚ ਵੀ ਰੱਖ ਸਕਦੇ ਹੋ ਢੱਕ ਇਹ ਜੇ ਤੁਸੀਂ ਸ਼ਾਮ ਨੂੰ 5 ਤੋਂ 7 10 ਬਦਾਮ ਕਿੰਨੇ ਵੀ ਸੱਟ ਦੋ ਜਿੰਨੇ ਤੁਸੀਂ ਖਾ ਸਕਦੇ ਹੋ ਆਰਾਮ ਨਾਲ ਤੇ 5-7 ਬਦਾਮ ਤੁਸੀਂ ਸੱਟ ਦਿਓ ਸ਼ਾਮ ਨੂੰ ਸਵੇਰੇ ਤੁਸੀਂ ਨਿਰਨੇ ਕਾਲ ਜੀ ਨੂੰ ਪਾਣੀ ਦਾ ਗਲਾਸ ਪੀ ਲਓ ਜਾਂ ਅੱਧਾ ਗਲਾਸ ਤੇ ਚੱਬ ਲੋ ਜਾਂ ਦੁੱਧ ਨਾਲ ਚੱਬ ਲੋ ਕੱਚੇ ਨਾਲ ਵੀ ਚੱਬ ਸਕਦੇ ਹੋ ਵਾਲੇ ਨਾਲ ਕਿਸੇ ਨਾਲ ਵੀ ਤੇ ਉਦੋਂ ਅੱਧਾ ਘੰਟਾ ਬਾਅਦ ਕੁਝ ਨਾ ਖਾਓ ਜਦੋਂ ਤੁਸੀਂ ਬਾਦਾਮ ਖਾਣੇ ਹੋ ਤੇ 15 20 ਦਿਨਾਂ ਚ ਤੁਹਾਨੂੰ ਫੁੱਲ ਰਿਜ਼ਲਟ ਮਿਲੂਗਾ ਜਿਹਦਾ ਸਿਰ ਆਪਾਂ ਕਹਿੰਦੇ ਭਾਰੀ ਭਾਰੀ ਜਾਂ ਰਹਿੰਦਾ ਕਿਸੇ ਦਾ ਸਿਰ ਦੁਖਦਾ ਹੈਗਾ ਕਿਸੇ ਦਾ ਸਿਰ ਭਾਰੀ ਭਾਰੀ ਜਾਂ ਰਹਿੰਦਾ ਮੰਨ ਲਓ ਬੰਦਾ ਹੌਲਾ ਜਾਂ ਫੀਲ ਨਹੀਂ ਕਰਦਾ ਫਰੈਸ਼ ਜਾਂ ਫੀਲ ਨਹੀਂ ਕਰਦਾ ਉਹਦਾ ਵਸੇ ਇਸ ਤਰ੍ਹਾਂ ਪਿਉਂਕੇ ਵੀ ਤੁਸੀਂ ਦੇਖ ਸਕਦੇ ਹੋ 15 ਦਿਨ ਖਾ ਸਕਦੇ ਹੋ ਤੇ 15 ਦਿਨਾਂ ਚ ਹੀ ਤੁਹਾਨੂੰ ਫਰਕ ਆ ਜਿਹੜਾ ਲੱਗੂਗਾ 15 ਦਿਨਾਂ ਚ ਹੀ ਤੁਹਾਨੂੰ ਰਿਜ਼ਲਟ ਆ ਜਿਹੜਾ ਮਿਲਣਾ ਸ਼ੁਰੂ ਹੋ ਜੂ ਕੱਲੇ ਬਦਾਮਾਂ ਨਾਲ ਹੀ ਬਾਕੀ ਦੂਜਾ ਤਰੀਕਾ ਜੀ ਜੇਕਰ ਕਿਸੇ ਦਾ ਸਿਰ ਦੁਖਦਾ ਜਿਆਦਾ ਕੱਲਾ ਭਾਰੀ ਭਾਰੀ ਰਹਿੰਦਾ ਦੁਖਦਾ ਵੀ ਹੈ ਤਾਂ ਉਹ ਮਿਸ਼ਰੀ ਜਿਹੜੀ ਆਪਣੀ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਉਹ ਤੁਸੀਂ ਲਿਓ ਬਦਾਮ ਤੇ ਕਾਜੂ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਬਰਾਬਰ ਮਾਤਰਾ ਚ ਲੈ ਲਓ ਮੰਨ ਲਓ 2-200 ਗ੍ਰਾਮ ਜਾਂ ਕਿੰਨਾ ਵੀ ਜਿੰਨਾ ਤੁਹਾਨੂੰ ਲੋੜ ਬੰਦਾ ਉਹ ਤੁਸੀਂ ਬਣਾਉਣਾ ਹੈਗਾ ਤੇ ਇਹਨੂੰ ਤੁਸੀਂ ਰਗੜ ਲਓ ਜਾਂ ਤਾਂ ਤੇ ਨਹੀਂ ਤਾਂ ਤੁਸੀਂ ਮਿਕਸੀ ਚ ਪੀ ਲਓ ਤੇ ਉਸ ਤੋਂ ਬਾਅਦ ਸਵੇਰੇ ਸ਼ਾਮ ਦੋ ਤੋਂ ਤਿੰਨ ਚਮਚੇ ਇਹ ਦੁੱਧ ਨਾਲ ਲੈ ਲਓ ਇਹਦਾ ਬਿਲਕੁਲ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਮਿਸ਼ਰੀ, ਬਦਾਮ, ਕਾਜੂ ਇਹ ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਲਓ ਜੇਕਰ ਤੁਸੀਂ ਟੇਸਟ ਹੋਰ ਵਧਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੌਂਫ ਚੰਗੀ ਲੱਗਦੀ ਹੈ ਤਾਂ ਇਹਦੇ ਵਿੱਚ ਤੁਸੀਂ ਸੌਂਫ ਵੀ ਪਾ ਸਕਦੇ ਹੋ ਤੇ ਵੈਸੇ ਕਾਜੂ ਬਦਾਮ ਤੇ ਮਿਸਰੀ ਇਹ ਤਿੰਨ ਚੀਜ਼ਾਂ ਬਹੁਤ ਵਧੀਆ ਹੈਗਾ ਤੇ ਇਹਨੂੰ ਤੁਸੀਂ ਉਸ ਤੋਂ ਬਾਅਦ ਸਵੇਰੇ ਸ਼ਾਮ 2 ਤੋਂ 3 ਚਮਚੇ ਜੀਜ ਦੇ ਭਰ ਕੇ ਦੁੱਧ ਨਾਲ ਲੈ ਲਓ ਤੇ 15 ਦਿਨਾਂ ਚ ਤੁਹਾਨੂੰ ਇਹਦਾ ਵੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜੇਕਰ ਕਿਸੇ ਦਾ ਸਿਰ ਦੁਖਦਾ ਹੈਗਾ ਤੇ ਕਾਫੀ ਫਾਇਦੇਮੰਦ ਚੀਜ਼ ਹੈ ਇਹ ਕਈ ਵਾਰ ਕਿਸੇ ਨੂੰ ਕੋਈ ਸੋਚ ਰਹਿੰਦੀ ਹੈ ਜਾਂ ਜ਼ਿਆਦਾ ਸੋਚਦਾ ਬੰਦਾ ਟੈਨਸ਼ਨ ਲੈਂਦਾ ਉਹਦੇ ਲਈ ਦੋਨੇ ਚੀਜ਼ਾਂ ਕਾਫੀ ਫਾਇਦੇਮੰਦ ਨੇ ਤੇ ਬਾਕੀ ਤੁਸੀਂ ਪਹਿਲਾਂ ਇਕੱਲੇ ਬਦਾਮ ਪਿਆਉਂ ਕੇ ਵੀ ਖਾ ਸਕਦੇ ਹੋ ਆਮ ਨੂੰ ਪਿਆਉਂਦੇ ਕੋਜੇ ਚ ਜਾਂ ਤੌੜੇ ਚ ਵੀ ਸਿੱਟ ਸਕਦੇ ਤੁਸੀਂ ਜੇਕਰ ਤੌੜੇ ਦਾ ਪਾਣੀ ਪੀਨੋ ਬਹਿ ਲੋਕ ਤੌੜੇ ਦਾ ਪਾਣੀ ਪੀਣੋਂ ਹਟ ਕੇ ਪਤਾ ਨਹੀਂ ਕੀ ਕਰ ਲੈਗੇ ਕੈਂਪਰਾਂ ਚ ਬਰਫ਼ ਪਾ ਪਾ ਸਿੱਟੀ ਰੱਖਦੇ ਬਿਮਾਰੀ ਦਾ ਘਰ ਤੇ ਹੋ ਸਕੇ ਤਾਂ ਹੁਣ ਹੁਣ ਜਿਹੜੀ ਇਹ ਜੀ ਰੁੱਤ ਆ ਚੁੱਕੀ ਵੀ ਆਪਾਂ ਤੌੜੇ ਦਾ ਪਾਣੀ ਆਰਾਮ ਨਾਲ ਪੀ ਸਕਦੇ ਹਾਂ ਬਿਨਾਂ ਬਰਫ਼ ਵਾਲਾ ਪਾਣੀ ਪੀਓ ਬਹੁਤ ਚੰਗਾ ਹੈਗਾ ਆ ਮੈਂ ਕੱਲ ਹੀ ਕਿਸੇ ਰਿਸ਼ਤੇਦਾਰੀ ਚ ਗਿਆ ਤਾਂ ਬਰਫ਼ ਵਾਲਾ ਪਾਣੀ ਸੇ ਬਹੁਤ ਜ਼ਿਆਦਾ ਗਲਾ ਖਰਾਬ ਹੋ ਰਿਹਾ 2-3 ਦਿਨਾਂ ਤੋਂ ਬਰਫ਼ ਵਾਲਾ ਪਾਣੀ ਬਹੁਤ ਘੱਟ ਪੀਨਾ ਮੈਂ ਸਿਰਫ ਜੇਠਾੜ ਦਾ ਮਹੀਨਾ ਆਪਾਂ ਕਹਿ ਦਨੇ ਅੱਧੀ ਮਈ ਤੋਂ ਲੈ ਕੇ 30 ਜੂਨ ਤੱਕ ਇੱਕ ਟਾਈਮ ਹੁੰਦਾ ਜਦੋਂ ਆਪਾਂ ਬਰਫ ਵਾਲਾ ਪਾਣੀ ਪੀ ਸਕਦੇ ਹਾਂ ਹੈ ਉਦੋਂ ਮਾੜਾ ਪਰ ਥੋੜੀ-ਬਹੁਤ ਉਦੋਂ ਵਰ੍ਹ ਸਕਦੇ ਕਿਉਂਕਿ ਤੌੜਾਂ 'ਚ ਉਦੋਂ ਪਾਣੀ ਜਿਹੜਾ ਗਰਮ ਹੁੰਦਾ ਹੁਣ ਜਿਹੜੇ ਤੌੜਾਂ 'ਚ ਪਾਣੀ ਰਹੂਗਾ ਬਿਲਕੁਲ ਠੰਡਾ ਰਹੂਗਾ ਸ਼ਾਮ ਨੂੰ ਭਰ ਦਿਓ ਸਾਰੀ ਰਾਤ ਰਾਤੋ ਠਰਦਾ ਰਹਿੰਦਾ ਤੇ ਸਵੇਰੇ ਤੁਸੀਂ ਆਪਣੇ ਛਾਵੇਂ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਉਹਨੂੰ ਪਾਣੀ ਤੁਸੀਂ ਵਰ੍ਹ ਸਕਦੇ ਹੋ ਬਹੁਤ ਵਧੀਆ ਹੈਲਥੀ ਪਾਣੀ ਉਹ ਜਿਹੜੀ ਹਵਾ ਉਹਦੇ ਵਿੱਚ ਦੀ ਮਿੱਟੀ ਵਿੱਚ ਦੀ ਲੰਗਦੀ ਰਹਿੰਦੀ ਹੈ ਆਕਸੀਜਨ ਹੋਰ ਸਾਰੀ ਜਿੰਨੀ ਵੀ ਆਪਾਂ ਨੂੰ ਲੋੜ ਹੈ ਚੀਜ਼ਾਂ ਦੀ ਉਹਦੇ ਵਿੱਚ ਮਿਲਦੇ ਰਹਿੰਦੇ ਤੇ ਪੂਰਾ ਮਿਨਰਲ ਵਾਲਾ ਪਾਣੀ ਹੁੰਦਾ ਹੈ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਸੀਂ ਪਾਉਂਦੇ ਰਹਿੰਨੇ ਆ ਜਿਵੇਂ ਕਿ ਹੈਲਥ ਸੰਬੰਧੀ ਜਾਣਕਾਰੀ ਵਾਲੀਆਂ ਉਹ ਵੀ ਤੁਸੀਂ ਸਾਡੇ ਚੈਨਲ ਤੇ ਦੇਖੋ ਜਿਵੇਂ ਇਹ ਵੀਡੀਓ ਸੀ ਸਿਹਤ ਸੰਬੰਧੀ ਵੀਡੀਓਸ ਉਹ ਪਲੇਲਿਸਟ ਦੇ ਵਿੱਚ ਪਾਵਾਂਗੇ ਤੇ ਉਹ ਵੀ ਤੁਸੀਂ ਪਲੇਲਿਸਟੇ ਚ ਉੱਥੋਂ ਚੈੱਕ ਕਰ ਸਕਦੇ ਹੋ ਹੋਰ ਅਸੀਂ ਛੋਟੀਆਂ ਛੋਟੀਆਂ ਵੀਡੀਓ ਪਾਉਂਦੇ ਰਹਿੰਨਾ ਹੋਰ ਤੁਹਾਡਾ ਕੋਈ ਸਵਾਲ ਹੈ ਕਮੈਂਟ ਜਰੂਰ ਕਰੋ ਜੇ ਸੋਨ ਨੂੰ ਵੀ ਇਹ ਜਾਂ ਕੋਈ ਨੁਸਖਾ ਪਤਾ ਨੁਕਤਾ ਪਤਾ ਦੇਸੀ ਹੈ ਨਾ ਤੇ ਤੁਸੀਂ ਖੁਦ ਅਜਮਾਇਆ ਹੋਇਆ ਤਾਂ ਕਮੈਂਟ ਕਰਕੇ ਸਾਨੂੰ ਦੱਸੋ ਅਸੀਂ ਉਹਦੀ ਵੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਉਹ ਕਮੈਂਟ ਨੂੰ ਪਿੰਨ ਕਰਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ